ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲੇ। ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਸ਼੍ਰੀ ਅੰਮ੍ਰਿਤਸਰ, ਮੈਨੇਜਰ ਸ਼੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਜੀਠਾ ਰੋਡ ਦੇ ਸਮੂਹ ਪ੍ਰਬੰਧਕਾਂ ਵੱਲੋਂ ਬਾਬਾ ਜੀ ਦਾ ਹਾਰਦਿਕ ਤੌਰ ਦੇ ਉੱਪਰ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਬਾਬਾ ਜੀ ਨੇ ਆਪ ਜੀ ਨੂੰ ਦੱਸ ਹੀ ਦਿੱਤਾ ਹੈ, ਸਿੱਖ ਪੰਥ ਦੀ ਬੜੀ ਮਹਾਨ ਸ਼ਖਸੀਅਤ, ਬੜੇ ਪਿਆਰ ਵਾਲੇ ਔਰ ਬੜੀਏ ਹੀ ਔਖੇ ਔਖੇ ਵਿਸ਼ੇ ਨੂੰ ਬਿਲਕੁਲ ਇਸ ਤਰ੍ਹਾਂ ਸਮਝਾ ਦਿੰਦੇ ਨੇ ਜਿਵੇਂ ਇੱਕ ਛੋਟੇ ਬੱਚੇ ਨੂੰ ਉਸਤਾਦ ਜਿਹੜਾ ਹੈ ਉਹ ਕਲਮ ਪਕੜ ਕੇ ਅਤੇ ਮੁਹਾਰ ਨਹੀਂ ਦੱਸ ਦਿੰਦਾ ਹੈ ਜਾਂ ਲਿਖਣਾ ਦੱਸ ਦਿੰਦਾ ਹੈ। ਔਖੇ ਤੋਂ ਔਖੇ ਵਿਸ਼ੇ ਵੀ ਗਿਆਨੀ ਜੀ ਬੜੇ ਹੀ ਸਹਿਜ ਭਾਵ ਦੇ ਨਾਲ ਸੰਗਤਾਂ ਦੇ ਵਿੱਚ ਵਿਚਾਰਦੇ ਹਨ। ਸੋ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨੂੰ ਕਿ ਉਹ ਸਟੇਜ ਦੇ ਉੱਪਰ ਬਿਰਾਜਮਾਨ ਹੋਣ ਅਤੇ ਆਪ ਸਭ ਸੰਗਤਾਂ ਨੂੰ ਅੱਜ ਦੇ ਵਿਸ਼ੇ ਦੇ ਨਾਲ ਜੋੜਨ, ਜਿੱਥੇ ਸ਼ਬਦ ਕੀਰਤਨ ਵੱਲੋਂ ਜੀਵਨ ਜੁਗਤ ਸਮਾਗਮਾਂ ਦੀ ਲੜੀ ਚੱਲ ਰਹੀ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮਨਾਉਣ ਹਿੱਤ ਉੱਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਸਾਡੀ ਸਾਂਝ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਬਣ ਜਾਵੇ। ਜਿੱਥੇ ਅਸੀਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨੇ ਹਨ ਉੱਥੇ ਸਤਿਗੁਰੂ ਜੀ ਦੀ ਬਾਣੀ ਕੋਸ਼ਿਸ਼ ਕਰੀਏ ਸਤਿਗੁਰੂ ਜੀ ਆਪ ਬਖਸ਼ਿਸ਼ ਕਰਨ, ਇੱਕ ਓਂਕਾਰ ਤੋਂ ਲੈ ਕੇ 18:10-20 ਤੱਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਨੂੰ ਆਪ ਪੜ੍ਹਨ ਦਾ ਯਤਨ ਕਰੀਏ। ਇਸ ਵਾਸਤੇ ਜੋ ਬਾਹਰ ਸਿੱਖ ਹੈਲਪ ਸਿੱਖ ਇੱਕ ਸੰਸਥਾ ਹੈ ਉਹਨਾਂ ਵੱਲੋਂ ਬਾਹਰ ਸਟਾਲ ਲੱਗਾ ਹੋਇਆ ਹੈ, ਜਿਹੜੇ ਪ੍ਰੇਮੀ ਗੁਰਮੁਖ ਪਿਆਰੇ ਜਿਨ੍ਹਾਂ ਦੇ ਮਨ ਦੇ ਅੰਦਰ ਚਾਹ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨ ਦੀਦਾਰ ਦਰਸ਼ਨ ਦੀਦਾਰ ਕਰਨ ਵਾਸਤੇ ਉਹ ਬਾਹਰ ਸਟਾਲ ਲੱਗਾ ਹੈ। ਸ਼ਬਦਾਰਥ 4 ਭਾਗਾਂ ਦੇ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਹਨ ਉਹ ਭੇਟਾ ਰਹਿਤ ਦਿੰਦੇ ਹਨ ਅਤੇ ਸਹਿਜ ਪਾਠ ਆਰੰਭ ਕਰਵਾਉਂਦੇ ਹਨ। ਅਤੇ ਨਾਲ ਹੀ ਮੈਂ ਬੇਨਤੀ ਕਰਦੇ ਹਾਂ ਕਿ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਉਹ ਗੁਰਦੁਆਰਾ ਬਿਬੇਕਸਰ ਵਿਖੇ ਹਰ ਰੋਜ਼ ਹੀ ਸ਼ਾਮ ਨੂੰ ਸੰਥਿਆ ਵੀ ਦਿੰਦੇ ਹਨ। ਸੋ ਇਹ ਸੰਗਤਾਂ ਜਿਨ੍ਹਾਂ ਦੇ ਮਨ ਦੇ ਅੰਦਰ ਚਾਹ ਹੈ, ਵੈਸੇ ਚਾਹ ਤਾਂ ਹਰ ਸਿੱਖ ਦੇ ਅੰਦਰ ਹੋਣਾ ਚਾਹੀਦਾ, ਹਰ ਸਿੱਖ ਦੇ ਅੰਦਰ ਇਹ ਚਾਹ ਹੋਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰੀਏ। ਸੋ ਬੇਨਤੀਆਂ ਨੇ ਕਿ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਉੱਥੇ ਸੰਥਿਆ ਵੀ ਦਿੰਦੇ ਹਨ। ਸਿੱਖ ਹੈਲਪ ਸਿੱਖ ਵੱਲੋਂ ਬਾਹਰ ਸਟਾਲ ਲੱਗਾ ਹੋਇਆ ਹੈ, ਗੁਰਮੁਖ ਪਿਆਰੀਆਂ ਸੰਗਤਾਂ ਉੱਥੋਂ ਜੋ ਸਹਿਜ ਪਾਠ ਆਰੰਭਤਾ ਕਰਵਾ ਸਕਦੇ ਹਨ, ਡਾਇਰੀਆਂ ਉੱਥੋਂ ਮਿਲ ਜਾਣਗੀਆਂ, ਸ਼ਬਦਾਰਥ ਮਿਲ ਜਾਣਗੇ। ਸੋ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਨਾ ਕਰੀਏ। ਅੱਜ ਦਾ ਵਿਸ਼ਾ ਨਿਭਾ ਰਹੇ ਹਨ ਯਾਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ, ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਤੂੰ ਠਾਕੁਰੋ ਬੈਰਾਗਰੋ ਮੈਂ ਜੇਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ। ਤੂੰ ਠਾਕੁਰੋ ਬੈਰਾਗਰੋ ਮੈਂ ਜੇਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵਡਦਾਣਾ ਕਰ ਮਿਹਰਮਤ ਸਾਈਂ ਕਿਰਪਾ ਕੀਜੈ ਸਾਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨ ਕੀਜੈ ਰੇਣ ਹੋਵੀ ਜੈ ਤਾਂ ਗਤ ਜੀਅਰੇ ਤੇਰੀ
सभी ऊपर नानक का ठाकुर मैं जे ही कण चेरी राम रतना रतन पदार्थ बहु सागर भरिया राम बाणी गुरबाणी लागे तिन हाथ चढ़िया राम बाणी गुरबाणी लागे तिन हाथ चढ़िया राम। जागदी जोत जहरा जहूर हाजरा हजूर सर्व कला भरपो चवर छतर तख्त दे मालक जुगो जुगो टल सतगुरु तन तन श्री गुरु ग्रंथ साहिब जी की पावन हजूरी अंदर तिना दे पहले प्रकाश पुरब के संबंध में श्रोमणी गुरद्वारा प्रबंधक कमेटी मैनेजर श्री दरबार साहिब अते शब्द कीर्तन नाम सिमरन सत्संग सभा दे तथा समूह अमृतसर निवासी संगतां दे सहयोग अते प्यार सदका विलखण ढंग नाल श्रद्धा ते भाव भगती सहित सतगुरु जी का पावन प्रकाश पुरब मना रही साध संगत गुरु पातशाह जी बख्शी फतेह गजाओ वाहेगुरु जी का खालसा वाहेगुरु जी की फतेह। धनवंत नाम के वण जा रहे ये पावन शब्द आप जी ने गुरु घर तो वरोसाए हुए मैं किना शब्दां नाल उन्हां दे संबंध विच कहां जिन्हां ने अपना समा भी दासरे नूं बख्शिश कीता ते अपना प्यार बख्शदे होए संगत विच जुड़ बैठे उन्हां ने जिस शब्द का कीर्तन कीता है उस शब्द के अंदर ही धनवंत बनन दी जाच गुरु अर्जन देव पातशाह ने बख्शिश कीती। धनवंत शब्द तुसी सारे जानते हो धन वाले नूं कहिंदे आ जिहदे कोल बहुता धनवान होवे उहनूं धनवान कहिंदे पर श्री गुरु ग्रंथ साहिब जी फरमांदे ने ओ धनवंत कुलवंत पतवंत जीवन मुकत जिस हृदय भगवंत। हुण इस रोशनी विच आपां ने गुरु महाराज कोलों समझण दा यतन कर पातशाह ने ते नाल ही प्रश्न भी कीता नाल उत्तर ही दिता आख्या ओ धनवंत कुलवंत पतवंत जीवन मुकत जिस हृदय भगवंत धन 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 जन आया जिस प्रसाद सब जगत धनवंत नाम के बन जा रहे जिहड़े नाम का वणज करन वाले हैं वो असली धनवान हैं। साडियां नज़रां विच साडी परखण की कसवटी विच धनवान कौन है जिहदे कोल धन बहुता है पर असी गुरु महाराज कोलों पुछना ते समझना कि असली धन की है ते उह धन किवें प्राप्त किया जा सकता। गुरुदेव फरमांदे ने हम धनवंत भागठ सच नाए ये गुरु अर्जुन देव पातशाह जी का अपना अनुभव हम धनवंत असी धनवान बने हाँ भागठ भागा वाले हुए सच नाए परमात्मा के सच्चे नाम नाल जुड़न करके हम धनवंत पागट सच नाए हर गुण गावें सहज सुभाए हरि दे गुण सहज सुभाए गाने एक बहुत उच्ची अवस्था है। असी गुण गाउंदे हाँ मैं रात भी बेनती कीती सी असी गुण गाउंदे हाँ कदों कबीर काम परे हर सिमरिए ऐसा सिमरो नित
अमरा पुरबासा करो हर गया बहोरे बित। आख्या जिसनु कम पैण ते याद करदे हो उनू नित याद करो। नित याद करन नाल तुसी की सवस्था दे मालक बन जाओगे। अमरा पुरबासा करो, एक ऐसी पुरी विच तुहाडा वासा होवेगा, तुहाडा टिकाणा बन जाएगा कि जिथों फिर तुहानू कदे मरना नहीं पवेगा, फिर कदे तुहाडे कोलों अवस्था गुआचेगी नहीं। हर गया बहोरे बित, बित भी दौलत नूं कहिंदे, धन नूं कहिंदे। गया दा मतलब है गुआचा होया, बहोरे दा मतलब है वापस मोड़ देगा। हुण बात तुहाडे विचों बहुते सोचां विच पै जाणगे, साडा ते कोई धन गुआचिया नहीं। हुणे हुणे अजीज अमृतपाल सिंह जी कह रहे सन, सुभाविक तौर ते मैनूं गुरू ने इहो जी सेध बख्शी कि मैं सरल जी गल करां जिहड़ी सधारण तो सधारण बंदे नूं समझ आ। तुसीं आखोगे साडा ते कोई धन गुआचा नहीं, मैं रात भी बेनती की सी नहीं गुआचा है। जदों बच्चा छोटा हुंदा है असीं उसनूं कहने आ रब दा रूप है। जे रब दा रूप कहण वाले नूं पुछया जाए बई इह रब दा रूप किवें है, पैदा ते तुहाडे घर होया ते रब दा रूप किवें होया। भावें गुरबाणी गुरु जी सानूं समझाउंदे ने, मन तूं जोत सरूप है अपना मूल पछाण, मन हर जी तेरे नाल है गुरमती रंगमान। पर असी अपने स्वरूप नूं भुल गए, असी अपनी उस अवस्था नूं गुआ बैठे हाँ। अज किसी नूं पुछ के वेखो तू कौन है, उहदा जवाब जो होवेगा तुहानूं आपे पता लग जाए। कोई कहेगा मैं जट हाँ, कोई आंदा मैं खत्री हाँ, कोई आंदा मैं ब्राह्मण हाँ, कोई शूद्र हाँ, कोई वैश हाँ, कुछ होर हाँ, कुछ होर। वह दौलत असी गुआ बैठे, बच्चे मन के सच्चे वाली दौलत असी गुआ बैठे हाँ। वो जिहड़ा भोलापन सी, वो जिहड़ी निर्वैरता सी, वो जिहड़ी निष्कपटता सी, वो जिहड़ी निरछलता सी, असी गुआ बैठे हाँ। मैं इस ते अपना एक अनुभव दस्या करदा। मैं किसी गुरु प्यारे नूं सवेरे सवेरे मिलन चला गया, बैल बजाई, उन्हां दा छोटा जिहा काका आया ते कह के बाबा जी सत श्री अकाल। मैं कहा सत श्री अकाल बेटा, तेरे पापा जी घर ने? कहिंदे पापा जी कहिंदे ने भी कह दिओ पापा जी घर नहीं हैगे। ध्यान देना, हुण बच्चा सच बोलना चाहुंदा है पर उन्हूं झूठ बोलने लई सिखाया गया। इहदा मतलब तुसीं समझो, पापा जी कहिंदे हन कि कह दिओ पापा जी घर नहीं हैगे। मैं उपर चला गया, पापा जी नूं बड़ा फिकर हो गया भी मैं ते झूठ बोलिया सी, बाबा जी उपर ही आ गए। उन सफाई देन लगे, बाबा जी तुहानू बैल बजाउण दी की लोड़ सी? मैं कहा सार साहब दो गल्लां ना करो, नाले तुसी बैल लगवाई ते मैं बजाई, तुसी ना लगाई हुंदी मैं ना बजाउंदा, पर इहनू झूठ बोलना क्यों सिखाया तुसी? ये दौलत है, रब वर्गे गुणा दी दौलत साडे कोल सी पर असी गुआ बैठे। पर जे उस दौलत नूं वापस लेना है, जे धनवंत बनना है, जे उस धन दे मालक बनना है, ते फिर गुरु अर्जन देव पातशाह तो जाच सीखी। पहला तो निर्णय करना पवेगा कि असली धन है की, उहदे वास्ते सानू गुरु कोलों विवेक बुद्धि लैनी पवेगी। बुद्धि तो सारिआं कोल है, चोरां कोल भी है, ठगां कोल भी है, आ जितनियां साजिशां बनाउण वाले ने इहनां कोल बुद्धि, उह आंदे साडे वर्गा बुद्धिवान कोई है ही नहीं। पर बुद्धि विच विवेक कित्थों मिलेगा, की करना की नहीं करना,
ਕੀ ਖਰੀਦਣਾ ਕੀ ਨਹੀਂ ਖਰੀਦਣਾ, ਕਿਹੜੇ ਪਾਸੇ ਜਾਣਾ ਕਿਹੜੇ ਪਾਸੇ ਨਹੀਂ ਜਾਣਾ, ਇਹ ਮਿਲੇਗਾ ਗੁਰੂ ਕੋਲੋਂ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਫਰਮਾਉਂਦੇ ਨੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਪਵੰਗਮ ਸਾਦੇ ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬੇਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾਂ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਐਸੇ ਕਰਮ ਨਹੀਂ ਕੀਤੇ, ਉਹ ਤਾਂ ਇੱਕ ਮਿਸਾਲ ਦੇ ਰਹੇ ਨੇ, ਸਮਝਾ ਰਹੇ ਨੇ ਵੀ ਇਸ ਤਰ੍ਹਾਂ ਦੇ ਕਰਮ ਕਾਂਡ ਕਰਦਿਆਂ ਕਰਦਿਆਂ ਥੱਕ ਗਏ ਪਰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋਈ। ਹਾਰ ਪਰਿਓ ਸਵਾਮੀ ਕਹਿ ਦੁਆਰੇ, ਦੀਜੈ ਬੁੱਧ ਵਿਵੇਕਾ। ਹੇ ਸਤਿਗੁਰੂ, ਸਾਡੀ ਬੁੱਧੀ ਵਿੱਚ ਵਿਵੇਕ ਬਖਸ਼। ਵਿਵੇਕ ਕੀ ਹੈ? ਸਾਧ ਸੰਗਤ, ਜਿਵੇਂ ਸੁਨਿਆਰੇ ਦੇ ਕੋਲ ਇੱਕ ਕਾਲੇ ਜਿਹੇ ਰੰਗ ਦੀ ਕਸਵੱਟੀ ਹੁੰਦੀ ਹੈ, ਪੱਥਰੀ ਹੁੰਦੀ ਹੈ, ਉਹਦੇ ਉੱਤੇ ਰਗੜ ਕੇ ਉਹ ਦੇਖਦਾ ਕਿ ਸੋਨਾ ਖਰਾ ਹੈ ਕਿ ਖੋਟਾ ਹੈ। ਜੇ ਉਹਦੀ ਪੱਥਰੀ ਕਹਿ ਦੇਵੇ ਇਹ ਸੋਨਾ ਖਰਾ ਨਹੀਂ, ਉਹ ਪ੍ਰਵਾਨ ਨਹੀਂ ਕਰਦਾ। ਇਸੇ ਤਰ੍ਹਾਂ ਗੁਰੂ ਕੇ ਸਿੱਖ ਨੇ ਗੁਰੂ ਕੋਲੋਂ ਵਿਵੇਕ ਲੈਣਾ, ਅਤੇ ਜਿਸ ਦਿਨ ਗੁਰੂ ਕੋਲੋਂ ਵਿਵੇਕ ਮਿਲ ਗਿਆ ਫਿਰ ਸਾਨੂੰ ਸਮਝ ਆ ਜਾਏਗੀ ਕਿ ਕਿਹੜਾ ਧਨ ਸੱਚਾ ਹੈ ਅਤੇ ਕਿਹੜਾ ਧਨ ਝੂਠਾ। ਪਰ ਉਹਦੇ ਵਾਸਤੇ ਸਾਨੂੰ ਗੁਰੂ ਨਾਲ ਸਾਂਝ ਪਾਉਣੀ ਪਵੇਗੀ, ਅਤੇ ਗੁਰੂ ਨਾਲ ਸਾਂਝ ਪਾਉਣ ਦਾ ਤਰੀਕਾ ਕੀ ਹੈ? ਗੁਰੂ ਦੀ ਬਾਣੀ ਨੂੰ ਆਪ ਪੜ੍ਹੀਏ, ਸਹਿਜ ਪਾਠ ਕਰੀਏ, ਸਮਝ ਸਮਝ ਕੇ ਕਰੀਏ, ਇਹ ਗੁਰੂ ਨਾਲ ਸਾਂਝ ਪਾਉਣੀ। ਇਸੇ ਸ਼ਬਦ ਵਿੱਚ ਸਾਰੀਆਂ ਗੱਲਾਂ ਗੁਰੂ ਅਰਜਨ ਦੇਵ ਜੀ ਨੇ ਸਮਝਾ ਦਿੱਤੀਆਂ। ਆਖਿਆ ਧਨਵੰਤ ਨਾਮ ਕੇ ਵਣ ਜਾ ਰੇ, ਧਨਵੰਤ ਨਾਮ ਕੇ ਵਣ ਜਾ ਰੇ, ਅੱਖਰ ਉਹ ਵਰਤੇ ਨੇ ਜਿਹੜੇ ਤੁਹਾਡੇ ਵਿੱਚੋਂ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਸਮਝਿਆ। ਵਣ ਜਾ ਰੇ, ਵਣਜ ਕਰਨ ਵਾਲੇ, ਸੌਦਾ ਕਰਨ ਵਾਲੇ, ਵਪਾਰ ਕਰਨ ਵਾਲੇ, ਜਿਹੜੇ ਨਾਮ ਦਾ ਵਣਜ ਕਰਦੇ ਨੇ ਉਹ ਹਨ ਅਸਲੀ ਧਨਵੰਤ, ਉਹ ਹਨ ਅਸਲੀ ਦੌਲਤਮੰਦ। ਉਹ ਧਨਵੰਤ, ਕੁਲਵੰਤ, ਪਤਵੰਤ। ਗੁਰਬਾਣੀ ਗੁਰੂ ਜੀ ਤਾਂ ਸਪਸ਼ਟ ਕਹਿੰਦੇ ਨੇ, ਭਾਵੇਂ ਕੋਈ ਕਿੰਨਾ ਸੁੰਦਰ ਹੋਵੇ, ਕਿੰਨਾ ਚਤੁਰ ਹੋਵੇ, ਕਿੰਨਾ ਕੁਲਵਾਨ ਹੋਵੇ, ਕਿੰਨਾ ਪ੍ਰਵੀਨ ਹੋਵੇ, ਜੇ ਉਹਦੀ ਪਰਮੇਸ਼ੁਰ ਨਾਲ ਪ੍ਰੀਤ ਨਹੀਂ ਤਾਂ ਉਹ ਮੁਰਦਾ ਸਮਝੋ। ਮੈਂ ਨਹੀਂ ਕਹਿ ਸਕਦਾ, ਮੈਂ ਕਹਾਂ ਤੁਸੀਂ ਗੁੱਸੇ ਹੋ ਜਾਓਗੇ, ਪਰ ਜਿਸ ਗੁਰੂ ਨੇ ਸਾਡਾ ਜੀਵਨ ਸੁਆਰਨਾ ਉਹ ਕਹਿ ਸਕਦੇ ਨੇ ਅਤਿ ਸੁੰਦਰ, ਕੁਲੀਨ, ਚਤੁਰ, ਮੁੱਖ ਗਿਆਨੀ, ਧਨਵੰਤ। ਮ੍ਰਿਤਕ ਕਈਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਬਈ ਜੇ ਤੇ ਧਨਵੰਤ ਬਣਨਾ ਫਿਰ ਗੁਰੂ ਕੋਲੋਂ ਪਹਿਲਾਂ ਇਹ ਸਮਝੀਏ। ਪਾਤਸ਼ਾਹ ਦਲੀਲ ਨਾਲ ਸਮਝਾਉਂਦੇ ਨੇ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨ ਜਾਈ, ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ, ਸਤ ਸੰਗਤੀ ਸੰਗ ਹਰ ਧਨ ਕਟੀਐ, ਹੋਰ ਥੈ ਹੋਰਤ ਉਪਾਏ, ਹਰ ਧਨ ਕਿਤੇ ਨ ਪਾਈ। ਇਹ ਧਨ ਹੋਰ ਕਿਸੇ ਤਰੀਕੇ ਨਾਲ ਕਿਧਰੋਂ ਮਿਲ ਨਹੀਂ ਸਕਦਾ, ਇਹਦੇ ਲੈਣ ਦਾ ਤਰੀਕਾ ਆਹੀ ਹੈ ਜੋ ਤੁਸੀਂ ਕਰ ਰਹੇ। ਚੰਡੀਗੜ੍ਹ ਵਿੱਚ ਮੋਹਾਲੀ ਇੱਕ ਜਗ੍ਹਾ ਹੈ ਅਤੇ ਉੱਥੇ ਇੱਕ ਗੁਰਦੁਆਰਾ ਹੈ, ਉਸਦਾ ਨਾਮ ਹੈ ਸਾਚਾ ਧਨ। ਮੈਂ ਕਈ ਦਫ਼ਾ ਉੱਥੇ ਕਥਾ ਕਰਾਂਗੀ। ਉਹਨਾਂ ਨੇ ਗੁਰੂ ਦੀ ਪ੍ਰੇਰਨਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸੰਗਤੀ ਤੌਰ 'ਤੇ ਰੱਖਿਆ, ਮੈਨੂੰ ਵੀ ਸੱਦੇ ਅਤੇ ਜੋ ਗੁਰੂ ਨੇ ਪ੍ਰੇਰਿਆ ਦਿੱਤੀ ਮੈਂ ਕਹਿ ਦਿੱਤਾ। ਮੈਂ ਕਿਹਾ ਸਤਿ ਸੰਗਤ ਜੀ, ਅੱਜ ਤੁਹਾਡੇ ਗੁਰਦੁਆਰੇ ਦਾ ਨਾਮ ਸਾਚਾ ਧਨ ਜਿਹੜਾ ਤੁਸੀਂ ਰੱਖਿਆ ਨਾ ਉਹ ਸਾਰਥਕ ਹੋ ਗਿਆ। ਅੱਜ ਤੁਸੀਂ ਸੱਚੇ ਧਨ ਨਾਲ ਜੁੜਨ ਦਾ ਤਰੀਕਾ ਅਪਣਾਇਆ, ਆਹ ਰੂਟੀਨ ਦੀ ਮਰਿਆਦਾ ਤਾਂ ਅਸੀਂ ਕਰੀ ਜਾ ਰਹੇ ਹਾਂ। ਆਸਾ ਕੀ ਵਾਰ ਪੜ੍ਹੀ ਜਾਂਦੀ ਹੈ,
ਕੋਈ ਸੁਣੇ ਨਾ ਸੁਣੇ ਰਾਗੀ ਸਿੰਘਾਂ ਨੇ ਪੜ੍ਹਨੀ ਹੈ, ਪਾਠ ਹੁੰਦਾ ਹੈ ਕੋਈ ਸੁਣੇ ਨਾ ਸੁਣੇ ਪਾਠੀ ਸਿੰਘ ਨੇ ਕਰਨਾ ਹੀ। ਪਰ ਨਹੀਂ, ਮੈਂ ਕਿਹਾ ਜਿਹੜਾ ਢੰਗ ਅੱਜ ਤੁਸੀਂ ਅਪਣਾਇਆ ਹੈ ਨਾ, ਆਹ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਅੱਖਰ ਨਾਲ ਜੁੜਨ ਦੀ ਸਾਂਝ ਪੈਦਾ ਕੀਤੀ ਹੈ, ਹੁਣ ਤੁਹਾਨੂੰ ਸੱਚੇ ਧੰਨ ਦਾ ਪਤਾ ਲੱਗੇ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਪਿਆਰੇ ਉਹ ਜੇ ਧਨਵੰਤ ਬਣਨਾ। ਹੁਣ ਦੇਖੋ ਧਨ ਸ਼ਬਦ ਗੁਰਬਾਣੀ 'ਚ ਤਿੰਨ ਰੂਪਾਂ ਵਿੱਚ ਆਉਂਦਾ। ਇੱਕ ਧਨ ਹੈ ਧੱਦਾ ਨੰਨੇ ਨੂੰ ਔਂਕੜ ਧਨ, ਇੱਕ ਧੱਦਾ ਨੰਨਾ ਮੁਕਤਾ ਧਨ, ਇੱਕ ਧੱਦੇ ਨੂੰ ਟਿੱਪੀ ਨੰਨੇ ਨੂੰ ਔਂਕੜ ਧਨ। ਤਿੰਨਾਂ ਨੂੰ ਅਸੀਂ ਧਨ ਹੀ ਪੜ੍ਹਦੇ ਹਾਂ, ਪਰ ਇਹਦਾ ਫਰਕ ਵੀ ਪਤਾ ਲੈਣਾ ਚਾਹੀਦਾ। ਜੇ ਧੱਦਾ ਨੰਨੇ ਨੂੰ ਔਂਕੜ ਧਨ ਹੈ ਉਹ ਧਨ ਦੌਲਤ ਵਾਸਤੇ, ਜੇ ਧੱਦਾ ਨੰਨਾ ਮੁਕਤਾ ਹੈ ਉਹ ਧਨ ਇਸਤਰੀ ਵਾਸਤੇ। ਜੇ ਦੇ ਧਨ ਦੇ ਧੱਦੇ ਨੂੰ ਟਿੱਪੀ ਵੀ ਲੱਗ ਜਾਏ ਅਤੇ ਨੰਨੇ ਨੂੰ ਸਿਹਾਰੀ ਜਾਂ ਨੰਨੇ ਨੂੰ ਔਂਕੜ ਵੀ ਲੱਗ ਜਾਏ ਤਾਂ ਉਹ ਧਨ 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 ਜਨ ਆਇਆ ਹੈ, ਧਨ ਹੀ ਤਿੰਨੇ। ਪਰ ਗੁਰਦੇਵ ਕਹਿੰਦੇ ਨੇ ਜਿਹੜੇ ਅਸਲੀ ਧਨਵਾਨ ਨੇ ਉਹ ਹਨ ਨਾਮ ਦੇ ਵਣਜਾਰੇ, ਅਤੇ ਨਾਮ ਦੇ ਵਣਜਾਰੇ ਬਣਨ ਦਾ ਤਰੀਕਾ ਕੀ ਹੈ? ਸਾਂਝੀ ਕਰੋ ਨਾਮ ਧਨ ਖਾਟੋ, ਸਾਂਝੀ ਕਰੋ ਨਾਮ ਧਨ ਖਾਟੋ। ਸਾਂਝੀ ਸ਼ਬਦ ਤਾਂ ਤੁਸੀਂ ਜਾਣਦੇ ਹੋ, ਕਿਸੇ ਨਾਲ ਸਾਂਝ ਪਾਉਣੀ, ਕਿਸੇ ਨਾਲ ਹਿੱਸੇਦਾਰੀ ਪਾਉਣੀ, ਕਿਸੇ ਨਾਲ ਰਲ ਕੇ ਕੋਈ ਕੰਮ ਕਰਨਾ। ਆਖਰ ਜੇ ਤੁਹਾਨੂੰ ਇਹ ਵੱਲ ਨਹੀਂ ਆਉਂਦਾ, ਜਾਚ ਨਹੀਂ ਆਉਂਦੀ, ਤਾਂ ਫਿਰ ਸਾਂਝ ਪਾ ਲਓ। ਕਿਹਦੇ ਨਾਲ ਸਾਂਝ ਪਾਓ? ਗੁਰੂ ਨਾਲ ਸਾਂਝ ਪਾਓ। ਅਤੇ ਗੁਰੂ ਨਾਲ ਸਾਂਝ ਕਿਵੇਂ ਪਵੇਗੀ? ਗੁਰ ਕਾ ਸ਼ਬਦ ਵਿਚਾਰੇ, ਗੁਰ ਕਾ ਸ਼ਬਦ ਵਿਚਾਰੇ, ਗੁਰੂ ਦੇ ਸ਼ਬਦ ਦੀ ਵਿਚਾਰ ਕਰੋ, ਤੁਹਾਡੀ ਸਾਂਝ ਪੈ ਜਾਏਗੀ। ਅੱਜ ਤਾਂ ਅਸੀਂ ਸਾਂਝ ਵੀ ਮਤਲਬ ਦੀ ਪਾਉਣ ਲੱਗ ਪਏ ਹਾਂ। ਖਿਮਾ ਕਰ, ਮੈਂ ਇੱਕ ਜਗ੍ਹਾ 'ਤੇ ਦੇਖਿਆ, ਉੱਥੇ ਉਹ ਬੱਸ ਤਿਆਰ ਹੋ ਰਹੀ ਸੀ ਤੀਰਥ ਯਾਤਰਾ ਜਾਣ, ਅਤੇ ਪਤਾ ਅੱਗੇ ਕੀ ਲਿਖਿਆ? ਤੀਰਥ ਨਾਵਣ ਜਾਓ। ਲੈ ਦੇਖੋ ਗੁਰਬਾਣੀ ਦੀ ਕਿਤਨੀ ਗਲਤ ਵਰਤੋਂ ਹੋ ਰਹੀ ਹੈ। ਪੂਰਾ ਸ਼ਬਦ ਨਹੀਂ ਪੜ੍ਹਨਾ, ਆਪਣੇ ਮਤਲਬ ਦੀ ਸਿੱਧੀ ਲਈ, ਲੋਕਾਂ ਨੂੰ ਤੀਰਥ 'ਤੇ ਜਾਣ ਲਈ ਉਕਸਾਉਣ ਵਾਸਤੇ ਤੀਰਥ ਨਹਾਉਣ ਜਾਓ ਬਸ। ਪਰ ਜੇ ਕਦੇ ਅਗਲੀ ਪੰਕਤੀ ਵੀ ਪੜ੍ਹ ਲੈਂਦੇ, ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਖਾਲੀ ਵੀ ਤੁਹਾਡੇ ਵਿੱਚੋਂ ਬਹੁਤਿਆਂ ਨੇ ਜਾਓ ਪੜ੍ਹਿਆ, ਇਹ ਜਾਓ ਨਹੀਂ ਹੈਗਾ। ਜਦੋਂ ਗੁਰਬਾਣੀ ਵਿੱਚ ਊੜੇ ਨੂੰ ਔਂਕੜ ਆ ਜਾਏ ਨਾ, ਉਹ ਫਸਟ ਪਰਸਨ ਹੈ। ਬਾਬਾ ਨਾਨਕ ਜੀ ਕਹਿ ਰਹੇ ਨੇ ਮੈਂ ਵੀ ਤੀਰ 'ਤੇ ਨਹਾਉਣ ਜਾਂਦਾ ਹਾਂ। ਜਾਓ ਅਤੇ ਜਾਓ ਵਿੱਚ ਬੜਾ ਫਰਕ ਹੈ। ਜਾਓ ਦਾ ਮਤਲਬ ਤੁਸੀਂ ਜਾਇਆ ਕਰੋ। ਬਾਬਾ ਨਾਨਕ ਜੀ ਕਹਿੰਦੇ ਮੈਂ ਜਾਂਦਾ ਹਾਂ, ਪਰ ਮੇਰਾ ਤੀਰਥ ਕਿਹੜਾ ਹੈ? ਫਿਰ ਸਮਝ ਕੇ ਪੜ੍ਹੋ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਇਹ ਗੁਰੂ ਦੀ ਕਿਰਪਾ ਹੈ। ਹੁਣ ਤੁਹਾਨੂੰ ਬਹੁਤਿਆਂ ਨੂੰ ਸਮਝ ਆ ਗਈ। ਹੁਣ ਤੁਸੀਂ ਬਾਬੇ ਨਾਨਕ ਦੀ ਜਗ੍ਹਾ ਆਪ ਖੜ੍ਹੇ ਹੋ ਗਏ, ਤੀਰਥ ਨਹਾਉਣ ਜਾਓ, ਪਰ ਮੇਰਾ ਤੀਰਥ ਕਿਸੇ ਦਰਿਆ ਦੇ ਕਿਨਾਰੇ, ਪਾਣੀ ਦੇ ਕਿਨਾਰੇ ਨਹੀਂ, ਨਾਮ ਹੈ। ਅਤੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਜ
ਜੇ ਆਪਾਂ ਸਾਰਿਆਂ ਨੇ ਧਨਵੰਤ ਬਣਨਾ ਤਾਂ ਫਿਰ ਗੁਰੂ ਨਾਲ ਸਾਂਝ ਪਾਉਣੀ ਪਵੇਗੀ। ਸਾਡੀ ਸਾਂਝ ਸਿਰਫ ਫਾਰਮੈਲਿਟੀ ਦੇ ਤੌਰ 'ਤੇ ਹੋ ਗਈ ਖਿਮਾ ਕਰਨ, ਜਿਨ੍ਹਾਂ ਦੀ ਅੰਦਰੋਂ ਸਾਂਝ ਹੈ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ, ਕਿਉਂਕਿ ਗੁਰੂ ਰਾਮਦਾਸ ਜੀ ਕਹਿੰਦੇ ਜਿਨ੍ਹਾਂ ਦੀ ਅੰਦਰੋਂ ਸਾਂਝ ਹੋ ਗਈ ਉਹਨਾਂ ਦਾ ਤਾਂ ਫਿਰ ਕਪਾਟ ਖੁੱਲ੍ਹ ਗਏ, ਉਹਨਾਂ ਦੀ ਤਾਂ ਫਿਰ ਗੁਰੂ ਨਾਲ ਸਿੱਧੀ ਰਿਸ਼ਤੇਦਾਰੀ ਹੋ ਗਈ। ਪਰ ਜੇ ਅਸੀਂ ਵੀ ਜੁੜਨਾ ਚਾਹੁੰਦੇ ਹਾਂ ਤਾਂ ਸਾਂਝੀ ਕਰੋ ਨਾਮ ਧਨ ਖਾਟੋ, ਸਾਂਝੀ ਕਰੋ ਨਾਮ ਧਨ ਖਾਟੋ, ਗੁਰ ਕਾ ਸ਼ਬਦ ਵਿਚਾਰੇ, ਗੁਰ ਕਾ ਸ਼ਬਦ ਵਿਚਾਰੇ, ਗੁਰ ਕਾ ਸ਼ਬਦ ਵਿਚਾਰੇ, ਗੁਰ ਕਾ ਸ਼ਬਦ ਵਿਚਾਰੇ। ਮੈਂ ਕਦੇ ਨਿਰਾਸ਼ ਨਹੀਂ ਹੁੰਦਾ ਅਤੇ ਗੁਰੂ ਕੇ ਸਿੱਖ ਨੂੰ ਨਿਰਾਸ਼ ਹੋਣਾ ਵੀ ਨਹੀਂ ਚਾਹੀਦਾ। ਪਰ ਹਾਂ, ਜਦੋਂ ਮੈਂ ਦੇਖਦਾ ਕਿ ਐਡਾ ਵੱਡਾ ਖਜ਼ਾਨਾ ਸਾਡੇ ਕੋਲ ਹੁੰਦਿਆਂ ਹੋਇਆਂ ਅਸੀਂ ਅੱਜ ਮੰਗਤਿਆਂ ਦੇ ਮੰਗਤੇ ਬਣ ਰਹੇ, ਅੱਜ ਅਸੀਂ ਦਰ ਦਰ ਦੇ ਭਿਖਾਰੀ ਬਣ ਰਹੇ। ਇੱਕ ਵਾਰੀ ਮਸਕੀਨ ਜੀ ਨੇ ਕਥਾ ਕਰਦਿਆਂ ਗੱਲ ਕਹੀ ਸੀ, ਕਹਿਣ ਲੱਗੇ ਕਿਸੇ ਪਿਤਾ ਨੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਬੁਲਾਇਆ ਅਤੇ ਬੁਲਾ ਕੇ ਕੋਲ ਬਿਠਾ ਕੇ ਬੜੇ ਪਿਆਰ ਨਾਲ ਕਹਿਣ ਲੱਗਾ, ਬੇਟਾ ਪੁੱਤਰੋ, ਆਹ ਮੈਂ ਤੁਹਾਡੇ ਵਾਸਤੇ ਇੱਕ ਖਜ਼ਾਨਾ, ਇੱਕ ਸੰਦੂਕ, ਇੱਕ ਬਾਕਸ ਤਿਆਰ ਕੀਤਾ। ਇਹਦੇ ਵਿੱਚ ਮੇਰੀ ਸਾਰੀ ਜੀਵਨ ਦੀ ਕਮਾਈ ਹੈ। ਜਦੋਂ ਤੁਹਾਨੂੰ ਕਦੇ ਤੰਗੀ ਤੁਰਸ਼ੀ ਆਵੇ, ਕੋਈ ਮੁਸ਼ਕਲ ਆਵੇ, ਇਹ ਖਜ਼ਾਨਾ ਖੋਲ੍ਹਿਓ, ਤੁਹਾਡੀਆਂ ਭੁੱਖਾਂ ਮਿਟ ਜਾਣਗੀਆਂ। ਬੱਚਿਆਂ ਨੇ ਪਿਤਾ ਦੀ ਗੱਲ ਸੁਣ ਲਈ, ਕਹਿਣ ਲੱਗੇ ਸਤ ਬਚਨ ਪਿਤਾ ਜੀ। ਪਿਤਾ ਜੀ ਤਾਂ ਚੜ੍ਹਾਈ ਕਰਕੇ, ਅਕਾਲ ਚਲਾਣਾ ਕਰਕੇ, ਪੁੱਤਰਾਂ ਨੇ ਪਿਤਾ ਦੇ ਉਸ ਦਿੱਤੇ ਹੋਏ ਖਜ਼ਾਨੇ ਨੂੰ ਇੱਕ ਵਿਸ਼ੇਸ਼ ਕਮਰੇ ਵਿੱਚ ਵਿਸ਼ੇਸ਼ ਤਰ੍ਹਾਂ ਦੇ ਤਖ਼ਤ ਪੋਸ਼ ਉੱਤੇ ਬਿਰਾਜਮਾਨ ਕਰ ਦਿੱਤਾ। ਬੜਾ ਸੁੰਦਰ ਗਲੀਚਾ ਵਿਛਾਇਆ, ਉਹਦੇ ਉੱਤੇ ਬੜਾ ਸੁੰਦਰ ਦੁਸ਼ਾਲਾ ਪਾਇਆ। ਸਵੇਰੇ ਉੱਠ ਕੇ ਮੱਥਾ ਟੇਕਣ, ਸਵੇਰੇ ਉੱਠ ਕੇ ਫੁੱਲ ਰੱਖਣ, ਸਵੇਰੇ ਉੱਠ ਕੇ ਅਗਰਬੱਤੀਆਂ ਦੇ ਧੂਪ ਦਿਖਾ ਦਿਆ ਕਰਨ। ਪਰ ਕਦੇ ਖੋਲ੍ਹਿਆ ਨਹੀਂ, ਕਦੇ ਉਸਨੂੰ ਪੜਚੋਲਿਆ ਨਹੀਂ ਵੀ ਸਾਡਾ ਪਿਤਾ ਸਾਨੂੰ ਕੀ ਦੇਗੀ। ਕੁਝ ਸਮਾਂ ਬੀਤਿਆ, ਘਰ ਵਿੱਚ ਗਰੀਬੀ ਆ ਗਈ ਅਤੇ ਪਿਤਾ ਦੇ ਕਿਸੇ ਮਿੱਤਰ ਨੂੰ ਜੀ ਕੀਤਾ ਮੈਂ ਆਪਣੇ ਮਿੱਤਰ ਦੇ ਬੱਚਿਆਂ ਨੂੰ ਮਿਲ ਕੇ ਆਵਾਂ। ਮਿਲਣ ਆਇਆ ਅਤੇ ਦੇਖਿਆ ਉਹਨਾਂ ਦਾ ਹਾਲ ਮਾੜਾ, ਬੜੀ ਮੰਦਹਾਲੀ ਛਾਈ ਹੋਈ। ਆਖਣ ਲੱਗਾ, ਪੁੱਤਰੋ, ਮੈਨੂੰ ਪਤਾ ਲੱਗਿਆ ਤੁਹਾਡੇ ਪਿਤਾ ਜੀ ਤੁਹਾਨੂੰ ਇੱਕ ਬਹੁਤ ਵੱਡਾ ਖਜ਼ਾਨਾ ਦੇ ਗਏ ਨੇ, ਤੁਹਾਡੀ ਇਹ ਹਾਲਤ ਕਿਵੇਂ ਬਣ ਗਈ? ਕਹਿਣ ਲੱਗੇ, ਹਾਂਜੀ ਖਜ਼ਾਨਾ ਤਾਂ ਦੇ ਗਏ ਨੇ, ਕਿੱਥੇ ਹੈ? ਆਓ ਤੁਹਾਨੂੰ ਦਰਸ਼ਨ ਕਰਾਈਏ। ਖਿਮਾ ਕਰਨਾ, ਧਿਆਨ ਮਾਰੋ, ਸਾਡੀ ਵੀ ਹਾਲਤ ਸੀ। ਅਸੀਂ ਸੋਨਾ ਵੀ ਲਾਇਆ, ਸੰਗ ਮਰਮਰ ਵੀ ਲਾਇਆ, ਅਸੀਂ ਬੜੀਆਂ ਸਜਾਵਟਾਂ ਕਰਨ ਯੋਗ ਬਣ ਗਏ, ਮੁਬਾਰਕ ਹੈ। ਮੈਂ ਨਹੀਂ ਆਉਂਦਾ ਨਾ ਕਰੋ, ਪਰ ਜਿਹੜਾ ਅਸਲ ਕੰਮ ਕਰਨਾ ਉਹ ਵੀ ਕਰੀਏ। ਪਿਤਾ ਦੇ ਮਿੱਤਰ ਨੂੰ ਲੈ ਕੇ ਉੱਥੇ ਚਲੇ ਗਏ। ਆਖੇ, ਵੇਖੋ ਜੀ, ਇਹ ਖਜ਼ਾਨਾ ਹੈ, ਕਿਤਨਾ ਸੁੰਦਰ ਗਲੀਚਾ ਵਿਛਾਇਆ ਹੈ, ਕਿਤਨਾ ਉੱਪਰ ਕੀਮਤੀ ਦੁਸ਼ਾਲਾ ਦਿੱਤਾ ਹੈ। ਸਵੇਰੇ ਉੱਠਦੇ ਹਾਂ, ਫੁੱਲ ਰੱਖਦੇ ਹਾਂ, ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ, ਆਰਤੀ ਕਰਦੇ ਹਾਂ, ਦੀਵੇ, ਪਤਾ ਨਹੀਂ ਕੀ ਕੁਝ ਕਰੀ। ਉਹ ਕਹਿਣ ਲੱਗਾ, ਉਹ ਮੇਰੇ ਮਿੱਤਰ ਦੇ ਪੁੱਤਰ, ਉਹ ਕਦੇ ਖੋਲ੍ਹਿਆ ਵੀ ਜੇ? ਕਹਿੰਦੇ ਜੀ, ਇਹ ਗਲਤੀ ਨਹੀਂ ਅਸੀਂ ਕਿਤੇ ਕੀ, ਬਸ ਇਹ ਹੈ ਸਾਡੀ ਹਾਲਤ। ਜਦ ਤੀਕਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਆਪ ਨਹੀਂ ਕਰਾਂਗੇ, ਇਹ ਸਾਡੀ ਕੰਗਾਲੀ ਨਹੀਂ ਮੁੱਕ ਸਕਣੀ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਿਉਂਕਿ ਬਾਬਾ ਜੀ ਨੇ ਤਾਂ ਕੀਰਤਨ ਕੀਤਾ ਔਰ ਠੀਕ ਉਸ ਆਪਣੇ ਸਬਜੈਕਟ ਨੂੰ ਉਹਨਾਂ ਨੇ ਪੂਰਨ ਰੂਪ ਵਿੱਚ ਨਿਭਾ ਦਿੱਤਾ। ਪਰ ਹੁਣ ਮੇਰੀ ਡਿਊਟੀ ਇਹਨੂੰ ਰਿੜਕਣਾ, ਇਹਨੂੰ ਵਿਚਾਰਨਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਭਾਈ ਜੇ ਤੁਸੀਂ ਵੀ ਧਨਵੰਤ ਬਣਨਾ ਚਾਹੁੰਦੇ ਹੋ, ਪਹਿਲੀ ਗੱਲ ਤਾਂ ਨਾਮ ਦੇ ਵਣਜਾਰੇ ਬਣੋ। ਅਤੇ ਨਾਮ ਦੇ ਵਣਜਾਰੇ ਕਿਵੇਂ ਬਣੋਗੇ? ਸਾਂਝੀ ਕਰੋ ਨਾਮ ਧਨ ਖਾਟੋ, ਸਾਂਝੀ ਕਰੋ ਨਾਮ ਧਨ ਖਾਟੋ।
गुर का शब्द विचारे, गुर का शब्द विचारे, गुर का शब्द विचारे, गुर का शब्द विचारे। जिवें डॉक्टर दवाई देंदा है, दवाई ने अपना असर करना है, पर कुछ परहेज भी करना पवे। साड़ी इधरों भी बड़ी भैड़ी हालत है, असी गुरुद्वारे भी जाने, नितनेम भी करते हैं, रात को बोतल भी खोल लें, बराबर ही रखते हैं काम। नहीं नहीं, गुरु नाल कपट नहीं चलेगा, गुरु नाल छल नहीं चलेगा। अज तो सिखा दे इन्ने धड़े बन गए, इन्नी असहनशीलता हो गई है, असी किसी की गल नहीं सुन सकते। जे साड़ी मर्जी की कोई गल ना करे तो अगले दिन तो वेड़े नहीं बन देंगे। पता नहीं की हो गया सन, गुरु साडा की कह रहे। मैं किसी उर्दू के विद्वान का ख्याल पढ़िया सी, वह कहिंदा राह कहीं राही कहीं रैबर कहीं, यूं भी भला राह तय हुआ है कहीं। गुरु राह होर दस रहा है, राही कितने होर तुरिया जा रहा है, इतना कदे मंजिल ते पहुँच सकते। गुरु ने तरीका दस दिता, जे तुसी सांझ पौनी है, जे तुसी तनवंत बनना है, ते छोड़ो कपट होए निरवैरा, छोड़ो कपट होए निरवैरा, छोड़ो कपट होए निरवैरा, छोड़ो कपट होए निरवैरा। कोई अंग्रेजी नहीं, कोई फारसी नहीं, कोई अरबी नहीं, कोई संस्कृत का श्लोक नहीं, बड़ी सरल जी भाषा में। जे ये भी नहीं समझ आता तो फिर साड़ी बदकिस्मती, फिर नहीं सानू कुछ समझा सकता। आख्या जे गुरु नाल सांझ पाउणी है तो कपट करना छड्डो, निर्वैर हो जाओ, तो इन्हां दोहां बीमारियां तो बचण दा परहेज़ करन दा तरीका की है? ये गल दृढ़ कर लो, सो प्रभ संग निहारे, सो प्रभ संग निहारे, होर कोई नहीं जे वेखदा, वो प्रभु नाल वेख रहा। सो प्रभ संग निहारे, जो मैं कर रहा वो देख रहे, जो तुसी कर रहे हो को देख। आज सिमरन की बड़ी समस्या खड़ी हो गई, मैं कई कहणगे नहीं जी थोड़ा सिमरन बारे। मैं क्या जितना मैं गुरु को समझिया सिमरन की गल, जे मैं वह कह तुसी करनी नहीं। गुरु ने समझाया कि सिमरन किवें करना है। पै विच बहसै पै रहे, पै विच बहसै पै रहे, जिथे बैठो उहदे पै विच बैठो। कोई नहीं तुहानू वेखदा पर वाहगुरु देख रहे। जिथे रहो, देश रहो, परदेस रहो, जिथे वो रखे रहना तो उत्थे है, पर उहदे पै विच रहो। तो जिहड़ी किरत परमेश्वर ने तुहानू मैनू दित्ती है उपजीविका वास्ते, उत्थे करनी है, पर वह पै विच करो। बस सिमरन हो गया। सिमरन का मतलब है याद करना, तो याद का मतलब है उसनू हाजर नाजर समझो। ये गुरु अमरदास पातशाह जी की बख्शिश है। वो तीन भब्बिया का बड़ा प्रेम करते, वो धियां भैणों भी समझाते ने। असी ब्याह आनंद कारज वेले जाते ना, ये तीन गल्लां जरूर कहते हैं, बचियो जे अपने घर में सुखी रहना ना, तीन भब्बे याद रख्या करो, भब्बा भुली जी, भब्बा भला जी, तो भब्बा भाणा जी। सिख लई भी उही तीन भब्बे ने, सारिया लई तीन भब्बे ने। पै विच बहसै पै रहे, पै विच बहसै पै रहे, पै विच कमावै कार, पै विच कमावै कार, हाँ किसी नूं कोई गल समझ ना आवे चिट लिख दिओ, मैं फिर खोलांगा, क्योंकि मेरी ड्यूटी है।
ਪਰ ਜੇ ਸਮਝ ਵਿੱਚ ਆ ਜਾਏ ਤਾਂ ਫਿਰ ਕਰਨਾ ਤਾਂ ਸਾਡਾ ਸਾਰਿਆਂ ਦਾ ਫਰਜ਼। ਹਾਂ ਤੁਸੀਂ ਪੁੱਛ ਸਕਦੇ ਹੋ ਜੀ ਤਿੰਨੇ ਭੱਬੇ ਮੰਨ ਲਈਏ ਫਿਰ ਕੀ ਹੋਵੇਗਾ? ਗੁਰੂ ਅਮਰਦਾਸ ਜੀ ਕਹਿੰਦੇ ਨੇ ਜੇ ਤੁਸੀਂ ਤਿੰਨੇ ਭੱਬਿਆਂ ਨੂੰ ਯਾਦ ਰੱਖੋਗੇ ਫਿਰ ਇੱਥੇ ਸੁੱਖ ਵਡਿਆਈਆਂ, ਇੱਥੇ ਸੁੱਖ ਵਡਿਆਈਆਂ, ਦਰਗਾਹ ਮੁੱਖ ਦੁਆਰ, ਦਰਗਾਹ ਮੁੱਖ ਦੁਆਰ, ਅਸੀਂ ਧਨਵਾਨ ਤੇ ਬਣਨਾ ਚਾਹੁੰਦੇ ਹਾਂ, ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੁੰਦੇ ਹਾਂ, ਪਰ ਜਿਸ ਤਰੀਕੇ ਨਾਲ ਗੁਰੂ ਜੀ ਸਾਨੂੰ ਜੀਵਨ ਜਾਚ ਸਿਖਾਉਂਦੇ ਨੇ, ਜੀਵਨ ਜੁਗਤ ਸਮਾਗਮਾਂ ਦਾ ਮਤਲਬ ਹੀ ਹੈ। ਇਹਨਾਂ ਦੇ ਆਰੰਭ ਕਰਨ ਦੀ ਪਹਿਲੀ ਸੋਚ ਹੀ ਇਹ ਸੀ ਕਿ ਸਿੱਖਾਂ ਨੂੰ ਜੀਵਨ ਜੁਗਤ ਆ ਜਾਏ, ਜੀਵਨ ਦਾ ਢੰਗ ਆ ਜਾਏ, ਅਤੇ ਉਹ ਗੁਰੂ ਗ੍ਰੰਥ ਸਾਹਿਬ ਸਿਖਾ ਰਹੇ ਨੇ ਬਈ ਜੇ ਤੁਸੀਂ ਵੀ ਇਸ ਅਵਸਥਾ ਤੱਕ ਪਹੁੰਚਣਾ ਚਾਹੁੰਦੇ ਹੋ, ਛੋਡੋ ਕਪਟ ਹੋਏ ਨਿਰਵੈਰਾ, ਛੋਡੋ ਕਪਟ ਹੋਏ ਨਿਰਵੈਰਾ, ਸੋ ਪ੍ਰਭ ਸੰਗ ਨਿਹਾਰੇ, ਸੋ ਪ੍ਰਭ ਸੰਗ ਨਿਹਾਰੇ, ਗੁਰੂ ਨਾਨਕ ਪਾਤਸ਼ਾਹ ਨੇ ਤਾਂ ਇਹਨੂੰ ਵੀ ਸੌਖਾ ਤਰੀਕਾ ਦਿੱਤਾ। ਜਦੋਂ ਸਿੱਧਾਂ ਨੇ ਪੁੱਛਿਆ ਨਾ ਤੁਸੀਂ ਸਾਡੇ ਨਾਲੋਂ ਵੱਖਰੀ ਕੀ ਜੁਗਤ ਕੀ ਤਰੀਕਾ ਦੱਸਣਾ ਚਾਹੁੰਦੇ, ਕਹਿਣ ਲੱਗੇ ਮੈਂ ਇਹ ਦੱਸਣਾ ਚਾਹੁੰਦਾ ਕਿ ਗੁਰਮੁਖ ਸਾਚੇ ਕਾ ਭਉ ਪਾਵੇ, ਗੁਰਮੁਖ ਸਾਚੇ ਕਾ ਭਉ ਪਾਵੇ, ਨਾ ਡਰੋ ਹੋਰ ਕਿਸੇ ਤੋਂ, ਸੱਚੇ ਕੋਲੋਂ ਤਾਂ ਡਰੋ, ਉਹ ਸਾਨੂੰ ਵੇਖ ਰਿਹਾ, ਉਹ ਸਾਨੂੰ ਜਜਮੈਂਟ ਕਰ ਰਿਹਾ ਥਾ, ਉਹਨੂੰ ਸਭ ਕੰਮ ਪਤਾ। ਪਹਿਲੀ ਗੱਲ ਹੀ ਇਹ ਹੈ ਕਿ ਸੱਚੇ ਦਾ ਭਉ ਪਾਓ। ਤੁਸੀਂ ਆਖੋ ਜੀ ਮਨ ਨਹੀਂ ਬਣਦਾ, ਮਨ ਨਹੀਂ ਟਿਕਦਾ, ਸਭ ਦੀ ਇਹੀ ਸਵਾਲ ਹੈ, ਇਹੀ ਮੁਸ਼ਕਲ ਹੈ, ਫਿਰ ਪਾਤਸ਼ਾਹ ਕਹਿੰਦੇ ਮੈਂ ਇਹ ਵੀ ਟਿਕ ਜਾਏਗਾ। ਗੁਰਮੁਖ ਬਾਣੀ ਅਘੜ ਕੜਾ ਹੋਵੇ, ਗੁਰਮੁਖ ਬਾਣੀ ਅਘੜ ਕੜਾ ਹੋਵੇ, ਬਾਣੀ ਦੀ ਵਿਚਾਰ ਕਰਕੇ ਇਸ ਅਘੜ ਮਨ ਨੂੰ ਘੜੇ ਸਵਾਰੇ, ਇਹਦੇ ਵਿੰਗ ਵਲ ਕੱਢੇ, ਜੋ ਜੋ ਇਹਦੇ ਵਿੱਚ ਕਮੀਆਂ ਕਮਜ਼ੋਰੀਆਂ ਆ ਗਈਆਂ ਨੇ ਦੂਰ ਕਰੇ, ਅਤੇ ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ, ਜਦੋਂ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਇਹ ਨਿਰਮਲ ਹਰੀ ਦੇ ਗੁਣ ਗਾਇਨ ਕਰਨੇ ਨੇ, ਅਤੇ ਜਿਉਂ ਜਿਉਂ ਹਰੀ ਦੇ ਗੁਣ ਗਾਇਨ ਕਰੇਗਾ ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਫਿਰ ਗੁਰਮੁਖ ਨੂੰ ਹੋਰ ਕੋਈ ਵਿਸ਼ੇਸ਼ ਯਤਨ ਕਰਨ ਦੀ ਲੋੜ ਨਹੀਂ, ਬਸ ਇਹ ਤਰੀਕਾ ਜੋ ਗੁਰੂ ਜੀ ਨੇ ਦੱਸਿਆ ਇਹਨੂੰ ਕਰੇ। ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਾਚ ਸਮਾਵੇ, ਨਾਨਕ ਗੁਰਮੁਖ ਸਾਚ ਸਮਾਵੇ, ਇੱਥੇ ਸਾਚ ਦੇ ਚੱਚੇ ਨੂੰ ਸਿਹਰੀ ਹੈ, ਉਹ ਗੁਰਮੁਖ ਫਿਰ ਸੱਚ ਵਿੱਚ ਸਮਾ ਜਾਏਗਾ, ਉਹ ਸੱਚ ਦੇ ਨਾਲ ਇਕਮਿਕ ਹੋ ਜਾਏਗਾ। ਤਾਂ ਗੁਰੂ ਜੀ ਨੇ ਤਾਂ ਸਾਨੂੰ ਸੱਚੇ ਨਾਮ ਦੇ ਵਣਜਾਰੇ ਬਣਨ ਅਤੇ ਧਨਵੰਤ ਬਣਨ ਦੀ ਯੁਗਤੀ ਦੱਸੀ ਹੈ, ਪਰ ਭੁੱਲ ਨਾ ਜਾਇਓ, ਇਹਨੂੰ ਯਾਦ ਕਰਿਓ, ਛੋਡੋ ਕਪਟ
होए निर्वैरा छोड़ो कपट होए निर्वैर सो प्रभ संग निहारे सो प्रभ संग निहारे जिन्ना समा असी होर कमां भी देने तुसी आखोगे की करिए ना देइए नहीं दियो मेरे एक मित्र सन लाला जी सन जदों मेरी उन्हां दी मित्रता हुई मेरी उन्हां दी 50 साल दी उम्र दा फर्क सी मैं 25 साल दा सी उह 75 साल दा सी पर गुरबाणी दी सांझ ऐसी है हौली हौली उन्हां नूं जदों रंग चढ़िया फिर उन्हां ने श्री गुरु ग्रंथ साहिब जी दा स्वरूप उर्दू विच लिया फिर उन्हें पढ़िया पाठ कीता इन्ना ज्ञान हो गया फिर उह किसे दी कदे भी भुल भुलेखे च नहीं सी पैंदी एक दफा ब्रह्म कुमारी आश्रम सुनिया होना तुसी इत्थे भी जरूर उहदी शाखा होवे उन्होंने सानू इनवाइट कर लिया वो जिथे भी जाते हैं मैनू नाल लैके जाते असीं दोवें चले गए मेरे कोल भी इनविटेशन सी उन्हां कोल भी सी जाके बह गए उन्हां दी विशेष प्रचारका कोई आई हुई सी विशेष उहदे करके उन्हां सद्या सी ते लाला जी हुण गुरबाणी दे चानण नाल पुरनूर हो चुके सन वो कहते बहन जी एक बात बताओ माया ताकतवर है या परमेश्वर ताकतवर है वो बीबी दा उलझ गई बेचारी वो सवाल सुन के उलझ गई वो फिर अपनी फिलोसफी घोटन लग पी उन्हें घंटा दो लाते कहते नहीं नहीं बीबी कुछ नहीं मारी नहीं समझ में आया फिर कहते ज्ञानी जी तुसी समझा दियो मैं क्या हाँ मैं तो उड़ीक रहा मेरी वारी आवेगी तो मैं दसांगा मैं हाँ गुरु का सेवक गुरु ने परमेश्वर सर्व सपन्न सर्व शक्तिवान मनिया माया तो उसकी दासी है मैं किमें मन सकदा या किमें सोच सकदा कि दासी मालक उत्ते हुक्म चलाएगी हाँ ये जीव ही कमजोर है ये जीव ही ताकतवर है कहते ये किस तरह मैं क्या जिमें तकड़ी दे दो पलड़े होंदे ने जेड़े पलड़े ते भार ज्यादा पाओ वो ही झुकेगा ना मैं कह लाला जी तुसी कितना टाइम देंदे हो अपने पेट्रोल पंप ते कितना टाइम देंदे हो परमेश्वर वाले पास कहते बस बस समझ आ गई असल विच असी उल्टे पासे तुरे हुए जेड़ी गल गुरु पातशाह कह रहे हो करदे ही नहीं गुरु पातशाह कहने जे तुसी धनवंत बनना है जे नाम दे बनजारे बनना है ते सच धन बन जो सच धन संचो सच धन बन जो सच धन संचो अज असी सीरियल वेखते हैं तो थकते नहीं पर रहरा साहब का पाठ टीवी ते आ जाए तो सुनते नहीं मेरी बीबीओ भैनों बुरा ना मनो मैनू तो तजर्बा है मैं भी ग्रस्ती हाँ मैं देखता गुरु जी कह रहे ने जे तुसी धनवंत बनना है तो फिर ये ध्यान रखो कि असी वणज केड़ा कर रहे हैं जी सदके वणज करो गुरु ग्रंथ साहब जी बाँह उलार के कहते हैं वणज करो बण जा रहे हो वणज करो बण जा रहे हो हुण इहदे अर्थ तुसीं समझ गए हे बण जा रहे हो बणज करो पर तुहाडी इक ड्यूटी है वखर ले हो समाल वखर ले हो समाल तुसीं अपने बच्चे नूं 100 दा नोट दे के बाजार भेज दिओ आ चीज़ लिया काका फिर तुहानू पुछण दा हक है ना भी काका की लिया दिखा जरा ये तो हक है ना फिर जिस मालक ने सानू भेजिया सुआसां दी पूंजी दे के उन्हूं हक ते है ना वो पुछे भी की खरीद के लियायो वणज करो पर वणज करो संभल के
ते तैसी वस्त विसाह्य तैसी वस्त विसाह्य जैसी निब है नाल जैसी निब है नाल अग्गे शाह सुजान है अग्गे शाह सुजान है लैसी वस्त संभाल लैसी वस्त संभाल सच धन वण जो सच धन संचो सच धन वण जो सच धन संचो देखो अनुभवी पुरुषां दी संगत विचों बड़ा कोई लभदा है मैं नाम तो नहीं लवांगा क्योंकि मैं किसी दी ऐड नहीं करन आया पर मेरे एक मित्र सन मैं उन्होंने मिलन चला गया वो अपनी दुकान पर बैठे सन तो वो बड़े ध्यान नाल कापी से कुछ लिखी जान लिखी जान लिखी जान मैं मर्यादा का उलंघन ना किया मैं क्या पता नहीं की लेखा लिख रहे ने मैं डिस्टर्ब ना करा मैं 15-20 मिनट खड़ा रहा लिखते रहे जदों उन्होंने ध्यान किधरे मेरे वल आया या उन्होंने महसूस होया भी कोई बंदा मेरे को खड़ा है तो मेरे वल वेख के कहने ज्ञानी जी कदों के खड़े हो तुसी मैं क्या जी मैं क्या तुसी कुछ लिख रहे हो तो तुहानू डिस्टर्ब ना मैं क्या की लिख रहे हो आंदे गाहक तो कोई है नहीं सी मैं क्या चल वाहिगुरु लिखी चलो मैं वाहिगुरु लिख रहा सी देखो गुरु साहब कहते हैं जे तुसी सचमुच धनवंत बनना है तो फिर तुसी ये काम करया करो सच धन बण जो सच धन संचो सच धन बण जो सच धन संचो कबू न आवो हारे कबू न आवो हारे कदे भी तुसी हारोगे नहीं जीवन दी बाजी जित के जाओगे रोज पढ़दे हां जिन्नी नाम ध्याया गए मशक्कत घात नानक ते मुख उजले केती छुटी ना असी मंगलवार तो शनिचरवार तो पता नहीं कद तो डरी जाने साडे गुरु ने आख्या नहीं नहीं जिन जिन नाम ते आया तिनके काज सरे हर गुर पूरा आराध्या दरगा सच खरे सर्व सुखानिद चरण हर पौजल बिखम तरे प्रेम भगत तिन पाइया बिखिया नाहीं जरे कूड़ गए दुबदा नसी पूरन सच भरे पार ब्रह्म प्रभ सेवंदे मन अंदर एक धरे महा दिवस मुहूर्त भले जिसको नदर करे नानक मंगे दर्श दाम कृपा करो हरे सच धन वण जो सच धन संचो सच धन वण जो सच धन संचो कबू न आवो हारे कबू न आवो हारे अखीर विच मेरे पातशाह कहिंदे ने मैं तुहानू गरंटी देंदा हाँ जे तुसी इस तरह का व्यापार करन लग पवो फिर खात खर्चत किछ निखुटत नाहीं तुहाडे खांदियां तुहाडे खर्चदियां तुहाडे वरतदियां कोई कमी आवेगी
क्योंकि उहदे ते भंडार अगंत भरे पए, उहदे ते भंडारां विच कमी कोई नहीं, उहदे घर विच कोई कमी नहीं हैगी, तुसीं किन्ना खा लो। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਪਿਉ ਦਾ ਦੇਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਨ, ਰਤਨ ਲਾਲ ਜਾਕਾ ਕਛੂ ਨ ਮੋਲ, ਭਰੇ ਭੰਡਾਰ ਅਖੁੱਟ ਅਤੋਲ, ਖਾਵੇਂ ਖਰਚੇ ਰਲ ਮਿਲ ਪਾ, ਖਾਵੇਂ ਖਰਚੇ ਰਲ ਮਿਲ ਭਾਈ। ਇਹ ਰਲ ਮਿਲ ਖਾਣਾ ਖਰਚਣਾ ਕੀ ਸੀਗਾ? ਜਿਸ ਮਾਂ ਨੂੰ ਬਾਣੀ ਪੜ੍ਹਨੀ ਆਉਂਦੀ ਉਹ ਬੱਚਿਆਂ ਨੂੰ ਪੜ੍ਹਾਵੇ? ਅੱਜ ਮਾਂ ਤਾਂ ਇਸ ਪਾਸਿਓਂ ਫਾਰਗ ਹੋ ਗਈ ਹੈ, ਨਹੀਂ ਜੀ ਮੈਂ ਹੁਣ ਅੰਗਰੇਜ਼ੀ ਪੜ੍ਹਾਵਾਂ ਇਹਨੂੰ ਕਿ ਮੈਂ ਬਾਣੀ ਪੜ੍ਹਾਵਾਂ। ਚੰਗੇ ਚੰਗੇ ਸਕੂਲਾਂ ਵਿੱਚ ਵੀ ਭੇਜਦੇ ਹਾਂ, ਬੜੀਆਂ ਫੀਸਾਂ ਵੀ ਭਰਦੇ ਹਾਂ, ਡੋਨੇਸ਼ਨ ਵੀ ਦਿੰਦੇ ਹਾਂ। ਜਦੋਂ ਪੁੱਤਰ ਵਕੀਲ ਬਣਦਾ, ਜਦੋਂ ਪੁੱਤਰ ਡਾਕਟਰ ਬਣਦਾ, ਜਦੋਂ ਪੁੱਤਰ ਇੰਜੀਨੀਅਰ, ਸਿੱਖ ਰਹਿੰਦਾ ਹੀ ਨਹੀਂ। ਇਹ ਕਿਉਂ ਕਮੀ ਆਈ ਹੈ? ਇਸ ਕਰਕੇ ਆਈ ਹੈ ਕਿ ਅਸੀਂ ਗੁਰੂ ਦੀ ਗੱਲ ਨਹੀਂ ਮੰਨੀ। ਗੁਰੂ ਨੇ ਆਖਿਆ ਖਾਵੇਂ ਖਰਚੇ ਰਲ ਮਿਲ ਭਾਈ, ਖਾਵੇਂ ਖਰਚੇ ਰਲ ਮਿਲ ਭਾਈ। ਟੋਟ ਨਯਾ ਵੈ ਵਧ ਦੋ ਜਾਈ, ਟੋਟ ਨਯਾ ਵਧ ਦੋ ਜਾਈ, ਖਾਤ ਖਰਚਤ ਕਿਛ ਨ ਖੁੱਟਤ ਨਾਹੀ, ਅਗਣਤ ਭਰੇ ਭੰਡਾਰੇ। ਫਿਰ ਪਾਤਸ਼ਾਹ ਗਰੰਟੀ ਦਿੰਦੇ, ਜੇ ਤੁਸੀਂ ਇਸ ਤਰ੍ਹਾਂ ਦਾ ਵਪਾਰ ਕਰੋਗੇ, ਜੇ ਇਸ ਤਰ੍ਹਾਂ ਨਾਮ ਦੇ ਵਣਜਾਰੇ ਬਣੋਗੇ, ਜੇ ਇਹੋ ਜਿਹੇ ਧਨਵੰਤ ਬਣੋਗੇ, ਤੇ ਕਹੋ ਨਾਨਕ ਸੋਭਾ ਸੰਗ ਜਾਵੋ, ਕਹੋ ਨਾਨਕ ਸੋਭਾ ਸੰਗ ਜਾਵੋ, ਸੋਭਾ ਸੰਗ ਜਾਣਾ ਤੇ ਮਤਲਬ ਸਮਝਦੇ ਹੀ ਹੋ ਨਾ। ਜਦੋਂ ਜਾਣ ਲੱਗਿਆ ਕਿਹਾ ਜਾਏ, ਪੜ੍ਹਿਆ ਜਾਏ ਵੀ ਗੁਰਮੁਖ ਜਨਮ ਸਵਾਰ ਦਰਗਾਹ ਚੰਦ। ਹੁਣ ਮਜਬੂਰੀ ਵਿੱਚ ਤਾਂ ਅਸੀਂ ਸ਼ਰਾਬੀਆਂ ਪਿੱਛੇ ਵੀ ਪੜ੍ਹੀ ਜਾਂਦੇ ਹਾਂ ਗੁਰਮੁਖ ਜਨਮ ਸਵਾਰ, ਗਲਤ ਹੈ। ਗੁਰੂ ਪਾਤਸ਼ਾਹ ਨੇ ਜੋ ਜੀਵਨ ਜਾਚ ਦੱਸੀ ਹੈ, ਜੋ ਜੀਵਨ ਜੁਗਤ ਦੱਸੀ ਹੈ, ਉਹਦੇ ਅਨੁਸਾਰ ਚੱਲੋ। ਅਤੇ ਫਿਰ ਗੁਰੂ ਸਾਹਿਬ ਗਰੰਟੀ ਨਾਲ ਕਹਿੰਦੇ ਨੇ ਕਹੋ ਨਾਨਕ ਸੋਭਾ ਸੰਗ ਜਾਵੋ, ਕਹੋ ਨਾਨਕ ਸੋਭਾ ਸੰਗ ਜਾਵੋ। ਪਾਰ ਬ੍ਰਹਮ ਕੈ ਦੁਆਰੇ, ਪਾਰ ਬ੍ਰਹਮ ਕੈ ਦੁਆਰੇ, ਉਸ ਪਰਮੇਸ਼ਵਰ ਦੇ ਦਰਬਾਰ ਵਿੱਚ ਸੋਭਾ ਨਾਲ ਜਾਓਗੇ। ਇੱਥੇ ਵੀ ਸੋਭਾ ਹੋਵੇਗੀ, ਉੱਥੇ ਵੀ ਸੋਭਾ ਹੋਵੇਗੀ। ਬਈ ਇਹ ਹੈ ਜੀਵਨ ਜੁਗਤ ਸਮਾਗਮਾਂ ਦੀ ਅਸਲ ਰੂਹ। ਜੇ ਆਪਾਂ ਇਸ ਨੂੰ ਸਮਝ ਲਈਏ ਤਾਂ ਫਿਰ ਗੁਰੂ ਪਾਤਸ਼ਾਹ ਗਰੰਟੀ ਨਾਲ ਕਹਿੰਦੇ ਨੇ ਲੋਕ ਸੁਖੀਏ ਪਰਲੋਕ ਸੁਹੇਲੇ, ਲੋਕ ਸੁਖੀਏ ਪਰਲੋਕ ਸੁਹੇਲੇ, ਉਹ ਫਿਰ ਵਾਹਿਗੁਰੂ ਆਪਣੇ ਨਾਲ ਆਪ ਹੀ ਮੇਲ ਲਏਗਾ। ਦੇਖੋ ਮੇਰੇ ਕੋਲ ਤਾਂ ਗੁਰਬਾਣੀ ਦਾ ਉਹ ਭੰਡਾਰ ਹੈ, ਮੈਂ ਤਾਂ ਜਿਉਂ ਜਿਉਂ ਇਸ ਨੂੰ ਵਿਚਾਰਦਾ ਹਾਂ ਇਹਦੀ ਗਹਿਰਾਈ ਵੀ ਜਾਣਾ। ਪਾਤਸ਼ਾਹ ਕਹਿੰਦੇ ਅਸੀਂ ਕੀ ਕਰ ਰਹੇ ਹਾਂ? ਕਾਚਾ ਧਨ ਸੰਚੈ ਮੂਰਖ ਗਾਵਾਰ, ਅਸੀਂ ਉਹ ਧਨ ਇਕੱਠਾ ਕਰ ਰਹੇ ਜਿਹੜਾ ਆ ਪਿਛਲੇ ਦਿਨਾਂ 'ਚ ਨੋਟਬੰਦੀ ਹੋ ਗਈ ਨਾ, ਲੋਕਾਂ ਨੂੰ ਨੋਟ ਰੱਖਣ ਦੀ ਥਾਂ ਨਾ ਮਿਲੇ ਵੀ ਕਿੱਥੇ ਸੁੱਟੀਏ। ਇੱਕ ਨੇ ਉਹਦੇ 'ਚ ਅਖਬਾਰ ਵਟਸਐਪ ਦਿੱਤਾ, ਬਈ ਹੁਣ ਤਾਂ ਗੰਗਾ ਦਰਿਆ ਜਾਂ ਜਮੁਨਾ ਦਰਿਆ ਹੀ ਸੰਭਾਲੇਗਾ ਤੁਹਾਡੀ ਦੌਲਤ, ਕੋਈ ਥਾਂ ਨਹੀਂ ਰਹੀ ਹੈਗੀ। ਇਹਨੇ ਕੁਛ ਨਹੀਂ ਕਰਨਾ, ਲੋੜ ਜੋਗੀ ਚਾਹੀਦੀ ਹੈ ਸਾਡੇ ਗੁਰੂਆਂ ਨੇ। ਅੱਜ ਮੇਰਾ ਅਜ਼ੀਜ਼ ਕਹਿ ਬੈਠਾ ਫਰੀ ਦੀ ਗੱਲ,
ਉਹ ਮੈਂ ਕਿਹਾ ਭਾਈ ਫਰੀ ਫਰੂ ਨਾ ਕਿਆ ਕਰੋ, ਇਹ ਫਰੀ ਵਾਲਾ ਪਖੰਡ ਨਾ ਕਰੋ, ਫਰੀ ਨਹੀਂ ਸਾਨੂੰ ਸਿਖਾਇਆ ਗੁਰੂ ਨੇ। ਭਗਤਾਂ ਨੇ ਕਿਹਾ ਹੈਗਾ ਭਾਈ ਹੇ ਵਾਹਿਗੁਰੂ ਜੀ, ਲੋੜ ਜੋਗੀ ਤਾਂ ਚਾਹੀਦੀ ਹੈ, ਦੋ ਸਿਰ ਮੰਗੋ ਚੂਨਾ, ਪਾਓ ਘੀਓ ਸੰਗ ਲੂਨਾ, ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜਵਾਲ, ਇਹ ਤਾਂ ਚਾਹੀਦੀ। ਖਾਟ ਮੰਗੋ ਚੌਪਾਈ, ਸਿਰਹਾਨਾ ਅਵਰ ਤੁਲਾਈ, ਉੱਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੇ ਜਨ ਠੀਂਦਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ। ਇਹਨਾਂ ਕਿਤੇ ਚਾਹੀਦਾ ਇਹ ਫਰੀ ਵਾਲਾ ਜਾਂ ਇਹ ਇਸ ਤਰ੍ਹਾਂ ਦਾ ਡੰਡੋਰਾ ਪਿੱਟਣ ਦੀ ਲੋੜ ਨਹੀਂ। ਜੋ ਗੁਰੂ ਨੇ ਜੀਵਨ ਜਾਚ ਦੱਸੀ ਹੈ ਉਹਦੇ 'ਤੇ ਚੱਲੀਏ, ਅਤੇ ਫਿਰ ਗੁਰੂ ਪਾਤਸ਼ਾਹ ਗਰੰਟੀ ਨਾਲ ਕਹਿੰਦੇ ਨੇ ਕਹੋ ਨਾਨਕ ਸੋਭਾ ਸੰਗ ਜਾਵੋ, ਪਾਰ ਬ੍ਰਹਮ ਕਹਿ ਦੁਆਰੇ, ਧਨਵੰਤ ਨਾਮ ਕੇ ਬਣਿਆ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ, ਕਿਉਂਕਿ ਮੈਨੂੰ ਖੁਸ਼ੀ ਹੈ ਵੀਰ ਜਸਵੀਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ, ਕਿਉਂਕਿ ਉਹਨਾਂ ਨੇ ਸਾਰੀ ਉਮਰ ਇੱਕ ਡਿਊਟੀ ਨਿਭਾਈ ਹੈ, ਉਹ ਟਾਈਮ ਦਾ ਬੜਾ ਧਿਆਨ ਰੱਖਦੇ ਨੇ, ਇਹ ਬਹੁਤ ਵਧੀਆ ਗੱਲ ਹੈ। ਕਿਉਂਕਿ ਟਾਈਮ ਦੇ ਪਾਬੰਦ ਹੋਣ ਨਾਲ ਸੰਗਤ ਟਾਈਮ ਸਿਰ ਆਉਂਦੀ ਹੈ, ਸੰਗਤ ਨੂੰ ਪਤਾ ਟਾਈਮ ਸਿਰ ਛੁੱਟੀ ਮਿਲ ਜਾਂਦੀ। ਤਾਂ ਮੇਰੀ ਦੋ ਦਿਨਾਂ ਦੀ ਹਾਜ਼ਰੀ ਜੀਵਨ ਜੁਗਤ ਸਮਾਗਮ ਸੀ, ਮੈਂ ਸੱਚਮੁੱਚ ਤੁਹਾਨੂੰ ਕੁਝ ਸਿਖਾਉਣ ਨਹੀਂ ਆਉਂਦਾ, ਸਿੱਖਣ ਆਉਣਾ, ਕਿਉਂਕਿ ਬਾਬਾ ਜੀ ਤੋਂ ਵੀ ਅਤੇ ਹੋਰ ਤੁਹਾਡੇ ਵਰਗੇ ਜਿਹੜੇ ਪ੍ਰੈਕਟੀਕਲ ਮਨੁੱਖ ਨੇ ਉਹਨਾਂ ਦੀਆਂ ਜਿਹੜੀਆਂ ਵੇਵਸ ਨੇ ਉਹਨਾਂ ਤੋਂ ਬੜਾ ਕੁਝ ਮਿਲਦਾ ਹੈ, ਉਹਨਾਂ ਦੀ ਸੋਚ ਤੋਂ ਬੜਾ ਕੁਝ ਮਿਲਦਾ ਹੈ। ਤਾਂ ਭਾਈ ਸਜੀਵਨ ਜੁਗਤ ਸਮਾਗਮ ਦਾ ਮਤਲਬ ਇਹ ਹੈ ਕਿ ਜੀਵਨ ਦੀ ਜਾਚ ਸਿੱਖ ਲਈਏ, ਅਤੇ ਜਿਸ ਨੇ ਜੀਵਨ ਜਾਚ ਸਿੱਖ ਲਈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੇ, ਤਾਂ ਕਿ ਨਿਰਮਲ ਰੀਤ। ਉਹਦੀ ਰੀਤ, ਉਹਦੇ ਜੀਵਨ ਦਾ ਢੰਗ ਨਿਰਮਲ ਹੋ ਜਾਏਗਾ, ਉਹ ਫਿਰ ਐਸੇ ਢੰਗ ਨਾਲ ਜਿਉਂਦਾ ਹੈ ਕਿ ਹਰ ਪਾਸੇ ਉਹਦੀ ਪ੍ਰਸੰਨਤਾ ਹੀ ਪ੍ਰਸੰਨਤਾ ਹੈ। ਤਾਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ, ਕਿਉਂਕਿ ਪਤਾ ਨਹੀਂ ਲੱਗਦਾ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਕੁਝ ਕਿਹਾ, ਐਸਾ ਨਾ ਕਿਹਾ ਜਾਏ ਵੀ ਕਿਸੇ ਨੂੰ ਚੰਗਾ ਨਾ ਲੱਗੇ, ਪਰ ਨਹੀਂ, ਨੀਅਤ ਬਿਲਕੁਲ ਗੁਰੂ ਦੇ ਸਮਰਪਿਤ ਕਰਕੇ ਬੈਠੀ ਦੀ ਹੈ, ਅਤੇ ਜੋ ਸ਼ਬਦ, ਜੋ ਟੇਕ, ਜੋ ਸਬਜੈਕਟ ਚੁਣਿਆ ਗਿਆ, ਉਸ ਉੱਤੇ ਗੁਰੂ ਨੇ ਜਿੰਨੀ ਪ੍ਰੇਰਨਾ ਕੀਤੀ ਉਹ ਤੁਹਾਡੇ ਨਾਲ ਸਾਂਝ ਪਾਈ ਹੈ। ਤਾਂ ਮੈਨੂੰ ਖੁਸ਼ੀ ਹੈ ਬਾਬਾ ਜੀ ਨੇ ਕੁਝ ਲੋੜ ਤੋਂ ਵੱਧ ਮੇਰੇ ਲਈ ਸ਼ਬਦ ਕਹੇ, ਮੇਰੇ ਅਜ਼ੀਜ਼ ਨੇ ਉਸ ਤੋਂ ਵੱਧ ਕਹੇ। ਬਾਈ ਇਹ ਤਾਂ ਇੱਕੋ ਗੱਲ ਜਾਣੋ ਵੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਹ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਤਾਂ। ਇਹ ਗੁਰੂ ਦੀ ਕਿਰਪਾ ਹੈ, ਆਓ ਸਾਰੇ ਰਲ ਕੇ ਗੁਰੂ ਦੇ ਦੱਸੇ ਰਾਹ 'ਤੇ ਚੱਲੀਏ। ਜਿਸ ਗੁਰੂ ਰਾਮਦਾਸ ਜੀ ਨੂੰ ਰੋਜ਼ ਤੁਸੀਂ ਯਾਦ ਕਰਦੇ ਹੋ ਨਾ, ਉਹਨਾਂ ਨੂੰ ਹੀ ਪੁੱਛ ਲਓ, ਉਹ ਕਹਿੰਦੇ ਮੈਨੂੰ ਤਾਂ ਜੋ ਕੁਝ ਲੱਭਿਆ ਗੁਰੂ ਦੀ ਦੱਸੀ ਰੋ ਰੀਤ 'ਤੇ ਚੱਲ ਕੇ ਲੱਭਿਆ। ਅਤੇ ਤੁਸੀਂ ਵੀ ਗੁਰਸਿੱਖੋ ਚੱਲੋ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰਸਿੱਖ ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਅਖੀਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਦਰਬਾਰ ਸਾਹਿਬ, ਗੁਰੂ ਹਰਿਰਾਏ ਸਾਹਿਬ ਦੇ ਗੁਰਦੁਆਰੇ ਦੀ ਸਮੂਹ ਸੰਗਤ ਅਤੇ ਪ੍ਰਬੰਧਕ, ਤਥਾ ਸੇਵਾ ਸਿਮਰਨ ਕੀਰਤਨ ਸਤਸੰਗ ਸਭਾ ਦੇ ਸਾਰੇ ਵੀਰਾਂ ਦਾ ਇਸ ਪੱਖੋਂ ਧੰਨਵਾਦੀ ਹੈ ਵੀ ਇਹੋ ਜਿਹੀਆਂ ਰੰਗਰਤੀਆਂ ਰੂਹਾਂ ਦੇ ਵਿੱਚ ਬੈਠ ਕੇ ਗੁਰੂ ਕੇ ਸ਼ਬਦ ਦੀ ਵਿਚਾਰ ਕਰਨ ਦਾ ਤੁਸੀਂ ਅਵਸਰ ਬਖਸ਼ਿਆ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਗੱਜ ਕੇ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪਰੀਆਂ,
शब्दो तंगावो हरि के रामन जिनी वसाया सतगुरु में पा ए मन मेरिया तू हर नाल रो तू मन मेरे दुख सब विचार अंगीकार करे तेरा कारज सब सुआ सबना गला समरथ स्वामी कह नानक मन मेरे साचे साहेबा क्या नहीं घर तेरे सदा सिफत सलाह तेरी नाम जिनके मन वस्या वाजे शब्द कनेरे साचा नाम मेरा आधारो कर शांत सुख मन आय वस्या जिन इच्छा सदा कुर्बान कीता गुरु विटो जिस दिया ए वड़िया कह नानक सुनो संतो शब्द धरो पे साचा नाम मेरा आधारो बाजे पंच शब्द कर सभग शब्द वाजे कला जित करतारिया पंच दूत तुद वस की तुर करम पाया तुद जिनको से नाम हर कह नानक ता सुख होआ तित कर अनहद आनंद सुनो वड भाग्यो पार ब्रह्म प्रभ पाया उतरे सगल विसूरे दुख रोग संत ताजन भय चरते पूरे गुरते जन सुनते पुनीत कहते पवित्र सतगुर रया भर बिनवंत नानक गुर चरण लागे वाजे अनहद तूरे सलोक पवन गुरु माता धरत महत दिवस रात दोयदाई दा चंगियाईया बुरियाईया वाचे धर्म हदूर जिन्नी नाम ते आया गए मशक्कत काल केती छुट्टी जिन्नी नाम ते आया गए मशक्कत काल नानक ते मुख उजले वाहिगुरु जी का खालसा वाहिगुरु जी की बोलो वाहिगुरु जी का खालसा वाहिगुरु जी की फतेह।